यहाँ पे अभी सब लंगर खा रहे हैं, नेबर्स आए हुए हैं, रिलेटिव्स हैं एंड लाइक बहुत सारे जन आए हुए हैं, तो यहाँ पे लंगर चल रहा है इस पॉइंट ऑफ टाइम पे। हाँ जी, हाय गाइस, गुड मॉर्निंग, दिस इज डे 3 द फाइनल डे। आज पोर्ट डल जाएगा पार्ट का एंड दिस इज माय फर्स्ट आउटफिट टुडे एंड लेट्स सी हाउ इट ऑल गोस एंड आई शुड रीच एंड एवरीथिंग। दीज आर द क्विक गेस्ट आने वाले हैं, आई गेस but okay, first start of the day, I'll try and show you my all the outfits today, so let's see. तेरे जाने तुमरा यंत्र
भगवंत सकल सामग्री तुमरो सुतर धारी हो सो आज्ञाकारी तुमरी जानी हरिदास सदा कुर्बानी हरिदास हमारी तुम सब वाहे गुरु
ले जाऊं? हैं? हाँ चल जाए। दसवें पातशाह धन गुरु गोबिंद सिंह अंदर के दाते हैं निवासी संत धन गुरु जी सहाय दसां पाशों जोर श्री गुरु ग्रंथ साहिब जी के पाठ दसवें जी का ते अंतर के खालसा ही सर बोलना जी वाहेगुरु पंच प्यारे चार साहिबजादे चाली मुक्ते अठ है जपने सतियां नाम जपिया वन सतिया देव चलाई देख वाहे देख सिंह के अंदर कीता तो ना प्यारियां से प्यारियां से भगवाना की कमाई दा के अंतर के खालसा ही सर बोलना जी वाहे गुरु पंजा तख्ता सरब गुरुद्वारे अंठा करके मनिया तिना प्यारियां से प्यारियां से भगवाना की कमाई दा के अंतर के खालसा ही सर बोलना जी वाहे गुरु वाहेगुरु जी प्रथम मैं सबद खालसा जी की अरदास है सबद खालसा जी को वाहेगुरु 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 चेतावै चेतावन का सदका सब सब होए जहाँ जहाँ खालसा जी साहब तहाँ तहाँ रचे आ रिया जी एक फतेह बिरद की पैर पंथ की जी श्री साहब के सहाय खालसा जी के बोल वाले बोलना जी वाहेगुरु वाहेगुरु जी सिखा का मन नीमा मत उच्ची मत पर कर आखा ही काल का अंतर जाने पिता जी श्री ननकाणा साहब ते होर गुरुद्वारिया के धाम जिन्हों तो खालसा पंथ में विछोड़िया गया जिन्हों के खुले दर्शन दार ਅਤੇ ਸੇਵਾ ਸੁਭਾਵ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਆਣਿਆਂ ਦੀ ਮਾਣ ਨਿਤਾਣਿਆਂ ਦੇ ਤਾਣ ਨਿਓਕਿਆਂ ਦੀ ਓੜ ਸਤਿ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਨਾਨਕ ਦੇਵ ਜੀ ਘਰ ਬਾਬਾ ਸ੍ਰੀ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰ ਨਾਜ਼ਰੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਨਿਮਤ ਏਕ ਹਰ ਨਾਮ ਦੇ ਮੇਰਾ ਮਨ ਧਨ ਸ਼ੀਤਲ ਹੋਏ ਦੇ ਮਹਾਂਵਾਕਾਂ ਅਨੁਸਾਰ ਆਪ ਜੀ ਨੇ ਕਿਰਪਾ ਕੀਤੀ ਹੈ ਸ਼੍ਰੀ ਪ੍ਰੇਮ ਸਾਗਰ ਪਾਵਾ ਉਹਨਾਂ ਦੇ ਸਪੁੱਤਰ ਸੰਜੀਵ ਪਾਵਾ ਜੀ ਉਹਨਾਂ ਦੇ ਸਪੁੱਤਰ ਏਕਮ ਪਾਵਾ ਅਤੇ ਸਪੁੱਤਰੀ ਅਪੂਰਵਾ ਪਾਵਾ ਜਨਮ ਦਿਨ ਦੀ ਖੁਸ਼ੀ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਪਰਸੋਂ ਦਿਨ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਾਏ ਸਨ ਮਹਾਰਾਜ ਜੀ ਆਪ ਜੀ ਦੀ ਕਿਰਪਾ ਸਦਕਾ ਭੋਗ ਪਾਏ ਗਏ ਉਪਰੰਤ ਖੁੱਲ੍ਹੇ ਪੰਡਾਲਾਂ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਵਾਨ ਸਜੇ ਨੇ ਸਜੇ ਦੀਵਾਨਾਂ ਵਿੱਚ ਕੀਰਤਨ ਦਮੋਲ ਖੀਰਾ ਅਨੰਦ ਗੁਣੀ ਗਹੀਰਾ ਦੇ ਮਹਾਂਵਾਕਾਂ ਅਨੁਸਾਰ ਕੀਰਤਨ ਹੋਏ ਨੇ ਮਹਾਰਾਜ ਛੇ ਕੋੜੀ ਅਨੰਦ ਸਾਹਿਬ ਬਾਣੀ ਪੜ੍ਹਦਿਆਂ ਤੋਂ ਕੀਰਤਨ ਕਰਦਿਆਂ ਤੋਂ ਆਪ ਜੀ ਦੀ ਘਰ ਦੀ ਸੇਵਾ ਕਰਦਿਆਂ ਤੋਂ ਅਨੇਕ ਪ੍ਰਕਾਰ ਦੀਆਂ ਕੁੱਲ ਦੇਵਤੀਆਂ ਹੋ ਜਾਂਦੀਆਂ ਜਾਣ ਦੇ ਸੇਵਾ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ ਬੱਚਿਆਂ ਦੇ ਸਿਰ ਤੇ ਮਿਹਰ ਪ੍ਰਿਆਪਤ ਰੱਖਣਾ ਵਿਦਿਆ ਦਾ ਦਾਨ ਬਖਸ਼ਿਸ਼ ਕਰਨਾ ਮਾਤਾ ਪਿਤਾ ਦੀ ਆਗਿਆਕਾਰੀ ਬਣਾਉਣਾ ਦੀਰਘ ਆਯੂ ਬਖਸ਼ਿਸ਼ ਕਰਨੀ ਘਰ ਪਰਿਵਾਰ ਤੇ ਮਿਹਰ ਪ੍ਰਿਆਪਤ ਰੱਖਣਾ ਕਾਰੋਬਾਰਾਂ 'ਚ ਵਾਧੇ ਪਾਉਣੇ ਮਹਾਰਾਜ ਇਸੇ ਤਰ੍ਹਾਂ ਹੀ ਪਰਿਵਾਰ ਨੂੰ ਨਾਮ ਨਾਲ ਬਾਣੀ ਨਾਲ ਗੁਰਸਿੱਖੀ ਜੀਵਨ ਨਾਲ ਜੋੜੀਪ ਕੁਮਾਰ ਜੀ ਅਤੇ ਰਜਨੀ ਬਾਵਾ ਜੀ ਨੇ ਮਾਤਾ ਜੀ ਸੁਦੇਸ਼ ਕਲੇਜਾ ਜੀ ਦੀ ਦੇਹ ਰੋਗਤਾ ਦੀ ਅਰਦਾਸ ਮਹਾਰਾਜ ਕਿਰਪਾ ਕਰਨੀ ਸਤਿਗੁਰ ਜੀ ਆਪ ਅਨੁਸਾਰ ਮਨੋਕਾਮਨਾ ਪੂਰਨ ਕਰਨੀਆਂ ਦੇਹ ਰੋਗਤਾ ਦੇ ਦਾਨ ਬਖਸ਼ਿਸ਼ ਕਰਨੇ ਸਤਿਗੁਰ ਜੀ ਆਪ ਜੀ ਨੂੰ ਸੋਹਣੇ ਉਮਾਲੇ ਭੇਟ ਕੀਤੇ ਨੰਗੀ ਕਾਰ ਕਰੋ ਸੇਵਕਾਂ ਦੇ ਲੋਕ ਪ੍ਰਲੋਕ ਪਰਦੇ ਗਜਰੇ ਦੇਖ ਸਕ ਕੇ ਹਾਜ਼ਰ ਹੈ ਗੁਰੂ ਕਾ ਲੰਗਰ ਸਕ ਕੇ ਹਾਜ਼ਰ ਹੈ ਨਖਰਕਾਰ ਭੋਜਨ ਹੋ ਕੇ ਬਹੁਤ ਜਿੰਮ ਸਥਾਏ ਕਰੀਬ ਪਾਤਸ਼ਾਹ ਸੂਤ ਪਵਿੱਤਰਾ ਹੁਣ ਲਾਓ ਕੋ ਹਰ ਰਾਏ ਆਪ ਜੀ ਕੋ ਭੋਗ ਲੱਗੇ ਭੋਗ ਲੱਗਿਆ ਪ੍ਰਸ਼ਾਦ ਸੰਗਤ ਚ ਵਰਤੇ ਜੋ ਜੀ ਸਕੇ ਸਤਨਾਮ ਸ੍ਰੀ ਵਾਹਿਗੁਰੂ ਜਪੇ ਮਹਾਰਾਜ ਐਸੇ ਲਈ ਕਰੋ ਕਿਰਪਾ ਆਪਣਾ ਕਲਿਆਣਕਾਰੀ ਹੁਕਮਨਾਮਾ ਬਖਸ਼ਿਸ਼ ਕਰਕੇ ਸੰਗਤਾਂ ਸੇਵਕਾਂ ਨੂੰ ਨਿਹਾਲ ਕਰੋ ਸਹੀ ਗੁਰੂ ਪਿਆਰੇ ਮੇਲੋ
ਜਿਨਾ ਮਿਲੇ ਆਪ ਜੀ ਕਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਮਾਨਿਓ ਪ੍ਰਭ ਕੋ ਮਿਲ ਬੋਚ ਹੈ ਹਾਲ ਕਰੇ ਦਾ ਖਾਲਸਾ ਵਾਰ ਵਾਰ ਸਭ ਮਿਲੇਗੀ ਵਾਹਿਗੁਰੂ ਨਾਮ ਜਹਾਜ ਹੈ ਦੋ ਸ਼ਰਦਾ ਕਰ ਸਿੰਘ ਦੇ ਡਾ ਜਾ ਕੇ ਹੱਥ ਮੈਂ ਸੋ ਹਮਰੀ ਇੱਛਾ ਕਰੇ ਸੋ ਸਭ ਨਾਮ Thank you.